तेरे मुंह ते पैर रख के जाना मैं दस सुटन वास्ते लैके आए बस मैं ता ही लेट हो गया मैं एक बार कंजर थक जान फिर घट पैसे लैन गए तेन वन टाइम भी लगूंगा देख दे सारा ही सारा चेक कर ला ਜੁਰ ਸਾਹਿਬ ਲਓ ਤੁਹਾਡੀ ਖੁਆਇਸ਼ ਪੂਰੀ ਹੋਣ ਲੱਗੀ ਜੁਰ ਸਾਹਿਬ ਹਾਂਜੀ ਕੋਠੇ ਦੇ ਉੱਤੇ ਅੱਜ ਤਾਜ਼ਾ ਪੀਸ ਆਇਆ ਤੇ 2 ਲੱਖ ਰੁਪਈਆ ਤੁਹਾਡੇ ਵਾਸਤੇ ਕਿਹੜੀ ਗੱਲ ਹੈ ਜੁਰ ਸਾਹਿਬ ਮੇਰੇ ਵਾਸਤੇ ਗੱਲ ਹੈ 2 ਲੱਖ ਰੁਪਈਏ ਦੀ ਕਿਸੇ ਵਾਸਤੇ ਕਿਸੇ ਨੂੰ ਵੀ ਕਹੇਗਾ ਉਹਦੇ ਵਾਸਤੇ ਵੀ ਗੱਲ ਇਹ 2 ਲੱਖ ਕੋ 5000 ਰੁਪਈਆ ਨਹੀਂ ਹੁੰਦਾ ਇਹ 2 ਲੱਖ ਹੁੰਦਾ 2 ਲੱਖ ਪੁੱਤਰ ਤੁਸੀਂ ਤਾਂ ਮਜ਼ਦੂਰੀ ਕੀਤੀ ਨਹੀਂ ਹੈ ਤੁਹਾਡੇ ਕੋ ਤਾਂ ਮਜ਼ਦੂਰੀ ਆਪ ਚੱਲ ਕੇ ਆਉਂਦੀ ਤੁਹਾਨੂੰ ਕਾਹਦਾ ਫਿਕਰ ਆ ਤੁਸੀਂ ਕਿਹੜਾ ਸਵੇਰੇ ਉੱਠ ਕੇ 7 ਵਜੇ ਕੰਮ ਤੇ ਜਾਣਾ ਹੁੰਦਾ ਤੁਹਾਨੂੰ ਤਾਂ ਇਹ ਪਤਾ ਵੀ ਕੰਮ ਚੱਲ ਕੇ ਆਪ ਆਉਣਾ ਤੁਹਾਡੇ ਘਰ ਇਸ ਕਰਕੇ ਤੁਹਾਨੂੰ 2 ਲੱਖ ਦੀ ਕਦਰ ਨਹੀਂ ਪੁੱਤਰ ਸਾਨੂੰ ਪਤਾ ਜਿਹੜਾ ਰੇਟ ਚੱਲਦਾ ਉਹ ਹੀ ਭਰਨਾ ਰੇਟ ਕਿਹੜਾ ਚੱਲਦਾ ਜੀ ਰੁਪਈਆ 14000 ਦੇਣਾ ਪੁੱਤਰ ਓਏ ਤੇ ਕੱਲਾਈਆਂ ਨਾਲ ਵੀ ਕੋਈ ਨਹੀਂ ਪਤਾ ਨਹੀਂ ਕਿਹੜੇ ਬੰਦੇ ਜਿਹੜਾ 14000 ਚ ਨਾਲ ਬੰਦਾ ਰਲਾਉਂਦੇ ਰੁਪਈਆ 14 ਦੇਣਾ ਪੁੱਤਰ ਕਿਸੇ ਹੋਰ ਨੂੰ ਵੜਨ ਵੀ ਨਹੀਂ ਦੇਣਾ ਭਾਵੇਂ ਤੁਸੀਂ ਆਪਣਾ ਮੀਟਰ ਚਾਲੂ ਕਰ ਲਿਓ ਦੇਖੋ ਜੀ 14 ਦੇ ਵਿੱਚ 14 ਦਾ ਕੀ ਤੰਤਰੀਕਾ ਦੱਸਦਾ ਵਾਂ ਚੁਰ ਸਾਹਿਬ ਹਾਂਜੀ 2 ਲੱਖ ਰੁਪਏ ਜੇ ਤੁਹਾਨੂੰ ਪਤਾ ਮਾਡਲ ਪੀਸ ਮਾਡਲ ਕੁੜੀ ਉਹ ਆ ਕੇ ਜਿਹੜੀ ਫਿਲਮ ਸਟਾਰ ਹੈ ਲੈ 2 ਲੱਖ ਰੁਪਇਆ ਤੇ ਉਹਦੇ ਟਿਸ਼ੂਆਂ ਤੇ ਲੱਗ ਜਾਂਦਾ ਤੁਸੀਂ ਤਾਂ ਆਪ ਆਪਣਾ ਖਰਚਾ ਵਧਾਇਆ ਇੰਨੇ ਟਿਸ਼ੂ ਲਾਉਂਦੇ ਹੋ ਤੁਸੀਂ ਕੰਜਰ ਹੋ ਇੱਕ ਤੌਲੀਆ ਲਿਆ ਕੇ ਰੱਖ ਲਓ ਕਿਆ ਸੀ ਯਾਰ ਤੁਸੀਂ ਮੈਨੂੰ ਲੱਗਦਾ ਆਪਣੇ ਕੰਮ ਨਾਲ ਸੰਸੀਅਰ ਨਹੀਂ ਆ ਤੇ ਦੇਖੋ ਨਾ ਕੁੜੀ ਨੇ ਨੀਅਤ ਨਾਲ ਕੰਮ ਕਰੋ ਨਾ ਨੀਅਤ ਨਾਲ ਕੰਮ ਤੁਹਾਡਾ ਮਾੜਾ ਨਹੀਂ ਤੁਹਾਡਾ ਵਾਹਦ ਕੰਮ ਆ ਜਿੱਥੇ ਇਨਵੈਸਟਮੈਂਟ ਹੈ ਹੀ ਨਹੀਂ ਤੁਸੀਂ ਸਿਰਫ ਅਗਲੇ ਨੂੰ ਕਹਿਣਾ ਲਓ ਜੀ ਬਸ 10 ਮਿੰਟ ਬਾਅਦ ਪੈਸੇ ਕੱਢੋ ਪੈਸੇ ਕੱਢੋ ਤੁਹਾਡਾ ਵਾਹਦ ਕੰਮ ਆ ਸਕੂਨ ਵਾਲਾ ਪੁੱਤਰ ਓਏ ਮੈਂ ਤੁਹਾਡੇ ਕੰਮ ਤੇ ਖੁਸ਼ੀ ਬਹੁਤ ਅੱਛਾ ਤਾਂ ਹੀ ਤਾਂ ਮੈਂ ਆਪਣਾ ਸਕੂਨ ਛੱਡ ਕੇ ਤੁਹਾਡੇ ਕੋ ਆਇਆ ਹੁਣ ਬੱਚੀ ਗੱਲ ਇਹ ਕਿ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਜਿੱਦਾਂ ਮੈਂ ਕਹਾਂ ਉਦਾਂ ਕਰੇ ਤੇ ਜਿੱਦਾਂ ਉਹ ਕਹੇ ਮੈਂ ਨਾ ਕਰਾਂ ਫੇਰ ਨਹੀਂ ਹੈਗੀ ਪੈਸੇ 2 ਲੱਖ ਹੀ ਆ 2 ਲੱਖ ਰੁਪਈਆ ਵੀ ਭਰਾਂਗੇ ਪਹਿਲੇ ਮਾਲ ਚੈੱਕ ਕਰਾਓ ਪੁੱਤਰ ਓਏ ਚੁਰ ਸਾਹਿਬ ਮੇਰੀ ਗੱਲ ਸੁਣੋ 2 ਲੱਖ ਰੁਪਈਆ ਭਰੋਗੇ ਭਰ ਦੇਵਾਂਗੇ ਪੁੱਤਰ ਓਏ ਜੀ ਇਸ ਜ਼ਾਤ ਦੀ ਖੂਬਸੂਰਤ ਹੈ ਮੈਂ ਕਹਿੰਦਾ ਕੁੱਲਣ ਵਾਲੇ ਵਾਲ ਨੇ ਉਹਦੇ ਹਾਂਜੀ ਚੁਰ ਸਾਹਿਬ ਐਡੀ ਐਡੀ ਮੋਟੀ ਅੱਖ ਬਦਾਮੀ ਸ਼ਰਬਤੀ ਵਿੱਚ ਨੈਣ ਨਕਸ਼ ਨੇ ਉਹਦੇ ਮੈਂ ਕਹਿੰਦਾ ਇਹਦਾ ਮਤਲਬ ਜਿਹੜਾ ਬਦਾਮੀ ਅੱਖ ਤੇ ਸ਼ਰਬਤੀ ਨੈਣ ਨਕਸ਼ ਉਹਦੀ ਤਸਵੀਰ ਠੰਡੀ ਹੋਏਗੀ ਮੇਰੇ ਘਰ ਕੋ ਗਰਮ ਤਬੀਅਤ ਵਾਲੀ ਚਾਹੀਦੀ ਮੈਨੂੰ ਗਰਮ ਅੱਖਾਂ ਉਹਦੀਆਂ ਬਿਲਕੁਲ ਸੰਘਾੜੀਆਂ ਗਈਆਂ ਹੁਣ ਮੈਨੂੰ ਉਹ ਗਰਮ ਚਾਹੀਦੀ 2 ਲੱਖ ਰੁਪਈਆ ਜੁਰ ਸਾਹਿਬ ਰੁਪਈਆ 2 ਲੱਖ ਭਰ ਦਿਆਂਗੇ ਬੱਚੀ ਸਦੋ ਹਾਂਜੀ ਲਓ ਇਹ ਬਾਈ ਜੀ ਆ ਰਹੀ ਹੈ ਕੰਜੜੋ ਬੋਲੋ ਆ ਗਈ ਤੁਹਾਡੀ ਭੈਣ ਬੋਲੋ ਹੁਣ ਜਿਨ੍ਹਾਂ ਨੇ ਭੇਜੀ ਉਹਨਾਂ ਨੂੰ ਕਹੋ ਤੁਸੀਂ ਅਸੀਂ ਤਾਂ ਆਪ ਅੱਜ ਆਏ ਹਾਂ ਸਾਡੇ ਤੇ ਏਡੀ ਰਿਸ਼ਤੇਦਾਰੀ ਪਾਉਂਦਾ ਹੈ ਇਹ ਕੋੜੇ ਅਸੀਂ ਤਾਂ ਆਪ ਇਸੇ ਕੰਮ ਆਏ ਇਹ ਤਮਾਸ਼ਾ ਨਾ ਇਹ ਤੂੰ ਕੀ ਕਹੀ ਹੈ ਵੀ ਤੁਸੀਂ ਭਰਾ ਬਣ ਕੇ ਸਾਨੂੰ ਪੈਸੇ ਵਟਾ ਦਿਓ ਪੈਸੇ ਵੀ ਦੇਣੇ ਇਹਦੇ ਕੋ ਇਹ ਤਮਾਸ਼ ਵੀ ਨੇ ਤਮਾਸ਼ ਵੀ ਨੇ ਹੋਰ ਸਾਰੀ ਮੈਂ ਕਿਹੜਾ ਚੱਕ ਲੋ ਤੇ ਮੈਨੂੰ ਚੋਲ ਲੱਗ ਰਿਹਾ ਮੇਰੀ ਪਿੰਡ ਦੀਆਂ ਜ਼ਮੀਨਾਂ ਵੇਚ ਆਇਆ ਵਾ ਤੇ ਵਿੱਚ ਨਾਲ ਆਪਣੀ ਬਾਜੀ ਜ਼ਮੀਨਾਂ ਵੀ ਵੇਚ ਆਇਆ ਵਾ ਬਲਕੇ ਜ਼ਮੀਨਾਂ ਸੈਲਮੈਂਟ ਵੇਚ ਆਇਆ ਵਾ ਗੱਭਰੂ ਜਵਾਨ ਤੁਸੀਂ ਜਿਹੜੇ ਦੇਖੇ ਨੇ ਨਾ ਤੁਹਾਡੇ ਮੈਂ ਜ਼ਿਹਨ ਚੋਂ ਕੱਢਣ ਆਇਆ ਹਾਂਜੀ ਆ ਜਿਹੜਾ ਹੁਣ ਤੁਸੀਂ ਗੱਭਰੂ ਜਵਾਨ ਕਹਿੰਦੇ ਅੱਗੇ ਤਾਂ ਤੁਸੀਂ ਕਹਿਣਾ ਨਾਰਮਲ ਵੀ ਠੀਕ ਹੁੰਦਾ ਨਾਰਮਲ ਵੀ ਠੀਕ ਹੁੰਦਾ
थले जिन्या भी है सारिया खलोती है जिन्हों मर्जी झाती मार लो तुम कह देंगे तुम कहो आर्डर करो तुम लै देंगे गड्डी डिग पे ਦੂਜੀ ਵਾਰੀ ਕਦਾਂ ਕਿਤੇ ਛੇਤੀ ਖੜਾ ਹੋ ਜਾਂਦਾ ਜੀ ਤੁਹਾਡਾ ਕੰਮ ਚੱਲਦਾ ਨਹੀਂ ਭਾਜੀ ਹਜੇ ਵੀ ਘਰ 'ਚ ਸਾਈਕਲ ਰੱਖੇ माड़ा मोटा खुशक तो हो बिलकुल खुशक होने का टाइम दिंदे ही नहीं ना पानी च रखा करो गल जानी कुड़ी तुहाडी पांच टाइम ना हुंदी की गल जिहड़ा सब्जी वाला अपनी सब्जी ते पानी लाउंदा वा आहो जेड़े मेरे नाल दे कमरे च कोई मरीज आ रहा था नहीं साह दी कसरा मेरा क्या आवाज आ रही रुपया 200 ला लो मेरे को मैं सिर्फ ना कन्न ला के दरवाजे आवाजा सुननी हजार रुपया एक मिनट रोके जी वापस करो फिर लिया जितो चके जी उसे रख दे पैसे लाने जिस गली जाना ही नहीं का जेडी जी जाना वा डबल दे दें ₹2,95,000 ਮੇਰਾ 1,95,000 ਦੋਨਾਂ ਇਹਨਾਂ ਦਾ ਇਹਦਾ ਇਹਦਾ ਕੱਲੇ ਦਾ ਦੇਖੋ 2500 ਰੁਪਏ ਦੇ ਵਿੱਚ ਤੁਹਾਨੂੰ 25 ਗੱਲਾਂ ਦੱਸਣੇ ਤੁਹਾਨੂੰ ਅਗਰ ਮੈਂ 2500 ਰੁਪਏ ਦਵਾਂ ਤੇ ਘਰ ਨੂੰ ਚਲੇ ਜਾਵਾਂਗੇ ਆਪਣੇ ਸਰ 200,000 ਰੁਪਇਆ 12 ਘੰਟਿਆਂ ਦਾ ਬਸ ਜੀ 200,000 ਰੁਪਇਆ 12 ਘੰਟਿਆਂ ਦਾ ਹਾਂਜੀ ਮੇਰੇ 6 ਘੰਟਿਆਂ ਦੇ ਕਿੰਨੇ ਪੈਸੇ 1,00,000 ਰੁਪਇਆ ਜੀ 6 ਘੰਟੇ ਦਾ 1,00,000 ਰੁਪਇਆ ਜੀ ਜੀ 3 ਘੰਟੇ ਦੇ ਕਿੰਨੇ ਪੈਸੇ 3 ਘੰਟੇ ਦਾ ਜੀ 50,000 ਰੁਪਇਆ 3 ਘੰਟੇ ਦਾ 50,000 ਰੁਪਇਆ ਹਾਂਜੀ 3 ਘੰਟੇ ਦਾ ਹਾਂਜੀ ਤੇ 1.5 ਘੰਟੇ ਦਾ 25,000 ਰੁਪਇਆ 1.5 ਘੰਟੇ ਦਾ 25,000 ਰੁਪਇਆ ਹਾਂਜੀ ਘੰਟੇ ਦਾ ਕਿੰਨੇ ਪੈਸੇ 18,000 ਰੁਪਇਆ ਘੰਟੇ ਦਾ 18,000 ਰੁਪਇਆ ਅੱਧੇ ਘੰਟੇ ਦਾ ਕਿੰਨੇ ਪੈਸੇ 9,000 ਰੁਪਇਆ 9,000 ਰੁਪਇਆ ਅੱਧੇ ਘੰਟੇ ਦਾ
मेरे दिन जो हिसाब निकल गया दस मिनट पुछने दस मिनट पुत्र बारह सौ रुपया पांच मिनट छे सौ रुपया फट पुत्र मैं आन जान करनी है चार पांच छे अल फट आ छे सौ रुपया फट 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 इधर ना नहीं करी होंगी गल की जबान के पक्के होवो कंजरो जबान के पक्के हो यह जबान ही है जी बंद अगे लैके जाती फड़ो तू गल की है तू गल की तू बंद गल की है मैं तेरे को कले ना बनाया तेन मिनट लगने आज आज थोड़ी मेहरबानी मिनट की गल पुत्र मेरी गल सुनो आ मेरा पिछले नकली चो निकल गोली मैं पता की अंदर मैं छे मिनट यही करना है यही करना है इसे काम आया पिस्टल मेरा इतने रखो छे सौ रुपया लिया कुछ भी नहीं किया तेरे सामने छे सौ रुपया आया ही फट के समझ आई इस भाई बाहर कड चल अंदर जाके बो मैं आन पी हूं छे सौ भी मैं घर लाई लाई आया कुछ गल तू जो तमाश पी बुला अज मैं सारे भुगता लेने अच्छा भाई तमाश पी अरे जात की लड़न जेदे को जफे अड्डा तुझे दा एडी तू लड़न जे तुम लड़न हो तो हम सब भी लड़न है आज लड़न में लड़न बचन बच ओए की चल वे जा काम कर चल चल मेरी फेरे तेनू पता तू तमाश भी मैं आया तू पैसे तेरे को है ले के नहीं है पैसे है ने सच्ची मुच्ची जी तेज है कासूफी ओके शहजादे बकर शेर जरूरी सी कल अपने बंदे ना लंदी सी उनू कह रही सी मैं उधर जाना तू बीमारी करिया फिर तू राह भूल गया लाहौर जाना सी ते पिंडी ले आ गया हां सही कह सही मैं कह रहे हो एदा दी औरत मां ना थाने जाने बैठी हुंदी पुलिस आ के पूछना बीबी करे केस टाइम केस केड़ा दसा जवाई ना फड़ी गई मरी प्यार दा पता ही नहीं पता इश्क हुंदा इश्क की हुंदा
ਇਸ਼ਕ ਦਾ ਨਹੀਂ ਪਤਾ ਨਹੀਂ ਆ ਗਿਆ ਤੇਰੀ ਮੈਮਰੀ ਕਾਰਡ ਤੇ ਪਾਣੀ ਪਾ ਗਿਆ ਨਾ ਤੈਨੂੰ ਪਿਆਰ ਦਾ ਪਤਾ ਨਾ ਇਸ਼ਕ ਦਾ ਪਤਾ ਪਿਆਰ ਕੀ ਹੁੰਦਾ ਹੈ ਮੈਨੂੰ ਪਤਾ ਕੋਈ ਇਹ ਕਿਉਂ ਗੱਲ ਕੱਢੀ ਫਜ਼ੂਲ ਨਹੀਂ ਖਾਲਾ ਪਿਆਰ ਕੀ ਹੁੰਦਾ ਹੈ ਇਸ਼ਕ ਹੁੰਦਾ ਹੈ ਇਸ਼ਕ ਕੀ ਹੁੰਦਾ ਹੈ ਇਹ ਮੰਜੀ ਤੇ ਹੁੰਦਾ ਮੰਜੀ ਤੇ ਕੀ ਹੁੰਦਾ ਸਰਾਣਾ ਹੁੰਦਾ ਸਰਾਣਾ ਕੀ ਹੁੰਦਾ ਲੱਕ ਥੱਲੇ ਰੱਖੀਦਾ ਲੱਕ ਥੱਲੇ ਕਿਉਂ ਰੱਖੀਦਾ ਮੋਟਰ ਉੱਚੀ ਕਰੀ ਦੀ ਮੋਟਰ ਕਿਉਂ ਉੱਚੀ ਕਰੀ ਦੀ ਹੈ ਟਾਪਾ ਖੋਲੀਦਾ ਟਾਪਾ ਕਿਉਂ ਖੋਲੀਦਾ ਵਿੱਚ ਕਾਲੇ ਰੰਗ ਦੇ ਤਾਰਾਂ ਦਾ ਗੁੱਛਾ ਹੁੰਦਾ ਵਿੱਚ ਐਡਾ ਸਟਾਰਟਰ ਹੁੰਦਾ ਉਹਨੂੰ ਉਂਗਲੀ ਨਾਲ ਨਹੀਂ ਛੱਡਦਾ ਤੈਨੂੰ ਸਮਝ ਨੀ ਆਉਂਦੀ ਇੱਥੇ ਗਲਾ ਜਿਹੜੇ ਕੰਮ ਦੇ ਬੰਦੇ ਲਾਣੇ ਮਸਤੀ ਕੀਤੇ।